ਨਿਊਯਾਰਕ ਦੇ ਗਵਰਨਰ ਜੋ ਆ ਗ੍ਰੈਗ ਐਬਟ, ਉਹਨਾਂ ਨੇ ਕਾਫੀ ਗੁੱਸਾ ਜ਼ਾਹਰ ਕੀਤਾ। ਸੌਰੀ, ਜੋ ਨਿਊਯਾਰਕ ਦੇ ਗਵਰਨਰ ਆ ਤੇ ਉਹਨਾਂ ਨੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਹੈ ਵੀ ਉਹ ਬੱਸਾਂ ਭਰ ਕੇ ਜੋ ਅਨਡਾਕੂਮੈਂਟਡ ਲੋਕ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹ ਨਿਊਯਾਰਕ ਨੂੰ ਭੇਜ ਰਹੇ ਹੈਗੇ ਆ। ਪਿਛਲੇ ਕੁਝ ਮਹੀਨਿਆਂ ਤੋਂ ਟੈਕਸਸ ਦੇ ਗਵਰਨਰ ਨੇ ਵਾਸ਼ਿੰਗਟਨ ਡੀਸੀ ਨੂੰ, ਜੋ ਆਪਣੀ ਰਾਜਧਾਨੀ ਆ, ਬੱਸਾਂ ਭਰ ਕੇ ਭੇਜਣੀਆਂ ਸ਼ੁਰੂ ਕੀਤੀਆਂ ਹੋਈਆਂ ਸੀਆਂ। ਉਹ ਕਹਿੰਦੇ ਵੀ ਮੇਰਾ ਮਕਸਦ ਇਹ ਆ ਵੀ ਇਹਨਾਂ ਤੱਕ ਪਹੁੰਚਾਉਣਾ ਵੀ ਇਹ ਕੋਈ ਕੇਅਰ ਨਹੀਂ ਕਰ ਰਿਹਾ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਇਹ ਜੋ ਟੈਕਸਸ ਦੇ ਗਵਰਨਰ ਕਰ ਰਹੇ ਆ ਉਸ ਦਾ ਵਿਰੋਧ ਕੀਤਾ ਹੈਗਾ। ਉਹ ਕਹਿੰਦੇ ਭਈ ਸਾਡੇ ਕੋਲ ਹੁਣ ਸ਼ੈਲਟਰ ਲਈ ਜਗ੍ਹਾ ਨਹੀਂ ਹੈਗੀ, ਸਿਟੀ ਦੇ ਕੋਲ ਆਲਰੇਡੀ 4,000 ਤੋਂ ਵੱਧ ਅਸਾਈਲਮ ਸੀਕਰਸ ਪਹੁੰਚ ਚੁੱਕੇ ਆ ਜਿਨ੍ਹਾਂ ਨੂੰ ਸ਼ੈਲਟਰਸ ਦੇ ਵਿੱਚ ਰੱਖਿਆ ਗਿਆ ਹੈ ਪਿਛਲੇ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਰੱਖਿਆ ਗਿਆ। ਜੋ ਗ੍ਰੈਗ ਐਬਟ ਹੈਗੇ ਆ ਉਹਨਾਂ ਨੇ ਟੈਕਸ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੂੰ ਆਰਡਰ ਕੀਤਾ ਹੋਇਆ ਵੀ ਤੁਸੀਂ ਚਾਰਟਰ ਬੱਸਾਂ ਭਰ ਕੇ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਨੂੰ ਨਿਊਯਾਰਕ ਤੇ ਵਾਸ਼ਿੰਗਟਨ ਡੀਸੀ ਨੂੰ ਭੇਜੀ ਜਾਓ। ਇਹ ਪਿਛਲੇ ਅਪ੍ਰੈਲ ਮਈ ਮਹੀਨੇ ਤੋਂ ਇਦਾਂ ਚੱਲ ਰਿਹਾ ਹੈਗਾ। ਕਹਿੰਦੇ ਵੀ ਮੇਰਾ ਇਹ ਕਾਰਨ ਦੱਸਣ ਦਾ ਇਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਾਰ ਬਾਰ ਇਸ ਤੋਂ ਰਿਫਿਊਜ਼ ਕਰ ਰਹੇ ਆ ਵੀ ਇਹ ਇੱਕ ਬਾਰਡਰ ਦੀ ਜੋ ਸਟੇਟ ਆ ਉਹਤੇ ਬਹੁਤ ਵੱਡਾ ਕ੍ਰਾਈਸਿਸ ਬਣਿਆ ਹੋਇਆ ਹੈਗਾ। ਤੇ ਇਸ ਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਮੇਅਰ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਆਪਾਂ ਇੰਟਰਵਿਊ ਵੀ ਕੀਤੀ ਆ, ਈਵਨ ਦੋ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਦੇ ਆ, ਪਰ ਉਹ ਕਹਿ ਰਹੇ ਆ ਵੀ ਅਸੀਂ ਤਾਂ ਨਿਊਯਾਰਕ ਆਉਣਾ ਨਹੀਂ ਚਾਹੁੰਦੇ। ਕਈਆਂ ਦੇ ਕਿਸੇ ਦੇ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਵੱਖ ਵੱਖ ਸਟੇਟਸ ਦੇ ਵਿੱਚ ਆ, ਉਹ ਉਹਨਾਂ ਦੇ ਕੋਲ ਜਾਣਾ ਚਾਹੁੰਦੇ ਹੈਗੇ ਆ। ਜੋ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਰਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਸ਼ੈਲਟਰ ਵੀ ਦੇਵਾਂਗੇ, ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਆ ਉਹ ਸਾਡੇ ਵਲੰਟੀਅਰਸ ਉਹਨਾਂ ਦੀ ਹੈਲਪ ਕਰਨਗੇ। ਐਬਰਟ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਐਡਮਸ ਆ ਨਿਊਯਾਰਕ ਦੇ ਮੇਅਰ ਤੇ ਵਾਸ਼ਿੰਗਟਨ ਡੀਸੀ ਦੇ ਮੇਅਰ ਮਰੀਅਲ ਵਾਜ਼ਰ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਦਰਨ ਬਾਰਡਰ ਦੇ ਉੱਤੇ ਆ ਕੇ ਇੱਕ ਵਾਰ ਦੇਖੋ ਵੀ ਇੱਥੇ ਜਿਹੜੀ ਸਿਚੁਏਸ਼ਨ ਆ ਉਹ ਕੀ ਬਣੀ ਹੋਈ ਹੈਗੀ ਆ। ਸੋ ਹੁਣ ਜੋ ਪੋਲੀਟੀਸ਼ੀਅਨ ਆ ਇਹਨਾਂ ਸਟੇਟਸ ਦੇ ਉਹ ਆਪਸ ਦੇ ਵਿੱਚ ਜੋ ਨਵੇਂ ਇਮੀਗ੍ਰੈਂਟਸ ਆ ਰਹੇ ਹੈਗੇ ਆ ਉਹਨਾਂ ਨੂੰ ਲੈ ਕੇ ਕਾਫੀ ਉਹਨਾਂ ਦੀ ਸ਼ਬਦ ਜੰਗ ਵੀ ਸ਼ੁਰੂ ਹੋਈ ਆ ਤੇ ਕਾਫੀ ਗਰਮਾਏ ਹੋਏ ਵੀ ਹੈਗੇ ਆ। ਨਿਊਯਾਰਕ ਦੇ ਗਵਰਨਰ ਜੋ ਆ ਗ੍ਰੈਗ ਐਬਟ, ਉਹਨਾਂ ਨੇ ਕਾਫੀ ਗੁੱਸਾ ਜ਼ਾਹਰ ਕੀਤਾ। ਸੌਰੀ, ਜੋ ਨਿਊਯਾਰਕ ਦੇ ਗਵਰਨਰ ਆ ਤੇ ਉਹਨਾਂ ਨੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਹੈ ਵੀ ਉਹ ਬੱਸਾਂ ਭਰ ਕੇ ਜੋ ਅਨਡਾਕੂਮੈਂਟਡ ਲੋਕ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹ ਨਿਊਯਾਰਕ ਨੂੰ ਭੇਜ ਰਹੇ ਹੈਗੇ ਆ। ਪਿਛਲੇ ਕੁਝ ਮਹੀਨਿਆਂ ਤੋਂ ਟੈਕਸਸ ਦੇ ਗਵਰਨਰ ਨੇ ਵਾਸ਼ਿੰਗਟਨ ਡੀਸੀ ਨੂੰ, ਜੋ ਆਪਣੀ ਰਾਜਧਾਨੀ ਆ, ਬੱਸਾਂ ਭਰ ਕੇ ਭੇਜਣੀਆਂ ਸ਼ੁਰੂ ਕੀਤੀਆਂ ਹੋਈਆਂ ਸੀਆਂ। ਉਹ ਕਹਿੰਦੇ ਵੀ ਮੇਰਾ ਮਕਸਦ ਇਹ ਆ ਵੀ ਇਹਨਾਂ ਤੱਕ ਪਹੁੰਚਾਉਣਾ ਵੀ ਇਹ ਕੋਈ ਕੇਅਰ ਨਹੀਂ ਕਰ ਰਿਹਾ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਇਹ ਜੋ ਟੈਕਸਸ ਦੇ ਗਵਰਨਰ ਕਰ ਰਹੇ ਆ ਉਸ ਦਾ ਵਿਰੋਧ ਕੀਤਾ ਹੈਗਾ। ਉਹ ਕਹਿੰਦੇ ਭਈ ਸਾਡੇ ਕੋਲ ਹੁਣ ਸ਼ੈਲਟਰ ਲਈ ਜਗ੍ਹਾ ਨਹੀਂ ਹੈਗੀ, ਸਿਟੀ ਦੇ ਕੋਲ ਆਲਰੇਡੀ 4,000 ਤੋਂ ਵੱਧ ਅਸਾਈਲਮ ਸੀਕਰਸ ਪਹੁੰਚ ਚੁੱਕੇ ਆ ਜਿਨ੍ਹਾਂ ਨੂੰ ਸ਼ੈਲਟਰਸ ਦੇ ਵਿੱਚ ਰੱਖਿਆ ਗਿਆ ਹੈ ਪਿਛਲੇ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਰੱਖਿਆ ਗਿਆ। ਜੋ ਗ੍ਰੈਗ ਐਬਟ ਹੈਗੇ ਆ ਉਹਨਾਂ ਨੇ ਟੈਕਸ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੂੰ ਆਰਡਰ ਕੀਤਾ ਹੋਇਆ ਵੀ ਤੁਸੀਂ ਚਾਰਟਰ ਬੱਸਾਂ ਭਰ ਕੇ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਨੂੰ ਨਿਊਯਾਰਕ ਤੇ ਵਾਸ਼ਿੰਗਟਨ ਡੀਸੀ ਨੂੰ ਭੇਜੀ ਜਾਓ। ਇਹ ਪਿਛਲੇ ਅਪ੍ਰੈਲ ਮਈ ਮਹੀਨੇ ਤੋਂ ਇਦਾਂ ਚੱਲ ਰਿਹਾ ਹੈਗਾ। ਕਹਿੰਦੇ ਵੀ ਮੇਰਾ ਇਹ ਕਾਰਨ ਦੱਸਣ ਦਾ ਇਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਾਰ ਬਾਰ ਇਸ ਤੋਂ ਰਿਫਿਊਜ਼ ਕਰ ਰਹੇ ਆ ਵੀ ਇਹ ਇੱਕ ਬਾਰਡਰ ਦੀ ਜੋ ਸਟੇਟ ਆ ਉਹਤੇ ਬਹੁਤ ਵੱਡਾ ਕ੍ਰਾਈਸਿਸ ਬਣਿਆ ਹੋਇਆ ਹੈਗਾ। ਤੇ ਇਸ ਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਮੇਅਰ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਆਪਾਂ ਇੰਟਰਵਿਊ ਵੀ ਕੀਤੀ ਆ, ਈਵਨ ਦੋ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਦੇ ਆ, ਪਰ ਉਹ ਕਹਿ ਰਹੇ ਆ ਵੀ ਅਸੀਂ ਤਾਂ ਨਿਊਯਾਰਕ ਆਉਣਾ ਨਹੀਂ ਚਾਹੁੰਦੇ। ਕਈਆਂ ਦੇ ਕਿਸੇ ਦੇ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਵੱਖ ਵੱਖ ਸਟੇਟਸ ਦੇ ਵਿੱਚ ਆ, ਉਹ ਉਹਨਾਂ ਦੇ ਕੋਲ ਜਾਣਾ ਚਾਹੁੰਦੇ ਹੈਗੇ ਆ। ਜੋ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਰਹਿਣਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਸ਼ੈਲਟਰ ਵੀ ਦੇਵਾਂਗੇ, ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਆ ਉਹ ਸਾਡੇ ਵਲੰਟੀਅਰਸ ਉਹਨਾਂ ਦੀ ਹੈਲਪ ਕਰਨਗੇ।
एबर्ट ने पिछले दिनों दे विच जो एडम्स आ न्यूयॉर्क के मेयर ते वाशिंगटन डीसी के मेयर मरियल वॉजर उन्होंने कहा कि तुसी सदरन बॉर्डर के उत्ते आके एक बार देखो भी इतने जी सिचुएशन आ वो की बनी हुई हैगी। सो हुण जो पॉलिटिशियन आ इन्होंने स्टेट्स के वो आपस के विच जो नमें इमीग्रेंट्स आ रहे हैगे आ उन्होंने लैके काफ़ी उन्होंने शब्द जंग भी शुरू हुई है तो काफ़ी गरमाए हुए भी है।